ਮਾ ਸਮਝ ਬੱਚੇ ਨੇ ਉਹ ਬੱਚੇ ਓਏ ਅੱਜ ਇਹਨੂੰ ਕੀ ਹੋ ਗਿਆ ਓਏ ਓਏ ਸਲਾਮ ਅਲੈਕਮ ਦੋਸਤੋ ਕੀ ਹਾਲ ਹੈ ਠੀਕ ਹੋ ਨਾ ਨੀਤ ਕਰਦਾ ਸਾਡੇ ਦੋਸਤ ਭਰਾ ਠੀਕ ਠਾਕ ਹੋਣ ਜੇ ਅੱਜ ਦੇ ਵਲੋਗ ਦਾ ਸੁਬਹ ਸੁਬਹ ਦਾ ਟਾਈਮ ਅੱਜ ਦੇ ਵਲੋਗ ਦਾ ਆਗਾਜ਼ ਕਰਦੇ ਆ ਠੀਕ ਹੈ ਟਿਊਬਵੈਲ ਵੀ ਅਸਾਂ ਚਲਾਇਆ ਹੋਇਆ ਹੈ ਅੱਜ ਠੀਕ ਹੈ ਜੋਗੀ ਇੱਥੇ ਸਰਦੀ ਦਾ ਕੰਬਦਾ ਜੇ ਮੈਂ ਵੇਖੋ ਬਹਿ ਕੇ ਤਰਪਾਲ ਆਹ ਚੁੱਕ ਛੜੀ ਮੈਂ ਕਿਹਾ ਗਰਮੀ ਆ ਗਈ ਹੈ ਅਤੇ ਦੂਸਰੇ ਜਾਨਵਰ ਗਰਮੀ ਲੱਗਦੀ ਹੈ ਇਹਨੂੰ ਸਰਦੀ ਲੱਗਦੀ ਹੈ ਅੱਲਾ ਜਾਣੇ ਪਤਾ ਨਹੀਂ ਇਹਦਾ ਕੀ ਸਿਸਟਮ ਹੈ ਠੀਕ ਹੈ ਅਤੇ ਕੱਲ੍ਹ ਸਾਡਾ ਬਾਹਰ ਨਿਕਲ ਗਿਆ ਵਾਟਰ ਸਾ ਟਿਊਬਵੈਲ ਅਜੇ ਚਲਾ ਟਿਊਬਵੈਲ ਚਲਾਇਆ ਕਣਕ ਨੂੰ ਪਾਣੀ ਲਾਉਣ ਵਾਸਤੇ ਕਣਕ ਨੂੰ ਵੀ ਪਾਣੀ ਲਾਉਣਾ ਅਸਟਰਾਲੀਆ ਨੂੰ ਵੀ ਪਾਣੀ ਲਾਉਣਾ ਬਹੁਤ ਜ਼ਿਆਦਾ ਪਾਣੀ ਮੈਂ ਕਿਦਾਂ ਲਾਇਆ ਵੇਖੋ ਟਿਊਬਵੈਲ ਅਸਾਂ ਚਲਾਇਆ ਅਜੇ ਠੀਕ ਹੈ ਬਾਕੀ ਮੈਂ ਕਾਲੂ ਉਹਦੇ ਪਿੱਛੇ ਨਾ ਸਕਿਆ ਠੀਕ ਹੈ ਬਾਕੀ ਮੈਂ ਜੋਗੀ ਨੂੰ ਖੋਲ੍ਹ ਕੇ ਅਤੇ ਬਾਹਰ ਥੋੜ੍ਹਾ ਜਿਹਾ ਘੁਮਾ ਫਿਰਾ ਲਿਆਵਾਂ ਫਿਰ ਤੁਹਾਨੂੰ ਬਾਕੀ ਦਾ ਵਲੋਗ ਦਿਖਾਉਂਦੇ ਹਾਂ ਤਾਂ ਜੋਗੀ ਨੂੰ ਖੋਲ੍ਹਣਾ ਠੀਕ ਹੈ ਬਾਕੀ ਕੰਮ ਸ਼ਾਮ ਅਸਾਂ ਗੱਛ ਛੜੇ ਨੇ ਪੱਟਛੜੇ ਵੱਢ ਕੇ ਕੁੱਤਰ ਕੇ ਅੱਗੇ ਸੁੱਟ ਛੜੇ ਖੁੜਲੀਆਂ ਅਤੇ ਅੱਗੇ ਖਾਂਦੇ ਨੇ ਠੀਕ ਹੈ ਅਤੇ ਆਹ ਬੈਠਾ ਕਿੱਡੇ ਮਸਤ ਮੋਲਾ ਹੁਣ ਇਹਨੂੰ ਮੈਂ ਖੋਲ੍ਹ ਕੇ ਤਾਂ ਲੈ ਕੇ ਚੱਲਾਂ ਵੇਖੋ ਕੋਲ ਆਇਆ ਨੂੰ ਪਤਾ ਲੱਗ ਗਿਆ ਹੁਣ ਚੱਲੀਏ ਆ ਜੋਗੀ ਚੱਲੀਏ ਚੱਲੀਏ ਨਹੀਂ ਜਾਣਾ ਹੋ ਜੋਗੀ ਇਹਨੂੰ ਠੰਡ ਲੱਗਦੀ ਹੈ ਫਿਰ ਫਿਰ ਜਾ ਗੁੱਠੇ ਬਹਿ ਜਾਂਦਾ ਨਿੱਕੀ ਜਗ੍ਹਾ 'ਤੇ ਚੱਲ ਚੱਲ ਚੱਲੀਏ ਚੱਲ ਚੱਲੀਏ ਚਲੋ ਜੀ ਮੈਂ ਦੋਸਤ ਇਹਨੂੰ ਥੋੜ੍ਹਾ ਜਿਹਾ ਖੋਲ੍ਹ ਲਾ ਐਸੇ ਬਾਲ ਲੈ ਕੇ ਆਇਆ ਇੱਥੇ ਉਹ ਛੋਟੇ ਬੱਚੇ ਸੀ ਉਹਨਾਂ ਨੂੰ ਵੇਖ ਕੇ ਚਾ ਮਾਰਦਾ ਜੀ ਛੋਟੇ ਛੋਟੇ ਬੱਚੇ ਸੋਈ ਹੋ ਜਿਹੜੇ ਉੱਧਰ ਨਹੀਂ ਸੀ ਦਿਖਾਏ ਤੁਹਾਨੂੰ ਅੱਜ ਫਿਰ ਬਾਹਰ ਨਿਕਲੇ ਜੀ ਉਹ ਦੌੜਦੇ ਹੀ ਆ ਗਏ ਜੇ ਅੰਮਾ ਸਮਝ ਗਈ ਬੱਚੇ ਨੇ ਉਹ ਬੱਚੇ ਨਹੀਂ ਬਾਅਦ ਆ ਜਾਊਗੀ ਉਹਨਾਂ ਨੂੰ ਘੂਰਦਾ ਜੇ ਪਿਆ ਉਹਨਾਂ ਨੂੰ ਘੂੜਦਾ ਜੇ ਪੈਂਦਾ ਜੇ ਪਿਆ ਉਹ ਛੋਟੇ ਛੋਟੇ ਬੱਚੇ ਲਾਡੀਆਂ ਕਰਦੇ ਜੇ ਪਏ ਉਹ ਕਸੀਨੀਆਂ ਲੈਂਦਾ ਜੇ ਪਿਆ ਡਰਦਾ ਡਰਦਾ ਚੱਲ ਬੱਚੇ ਨਹੀਂ ਉਹਨਾਂ ਨੂੰ ਘੂੜਦਾ ਜੇ ਪੈਂਦਾ ਜੇ ਬਾਜ਼ਾ ਜਾ ਛੋਟੇ ਛੋਟੇ ਬੱਚੇ ਜੇ ਕਿੱਡੇ ਸੋਹਣੇ ਜੇ ਅੱਜ ਬਾਹਰ ਨਹੀਂ ਅੱਜ ਫਿਰ ਬਾਹਰ ਨਿਕਲੇ ਜੀ ਸਾਰੀ ਦੌੜਦੇ ਦੇਖੋ ਆਈ ਜਾਂਦੇ ਉਹ ਪਿੱਛੇ ਪਿੱਛੇ ਜਿੱਥੇ ਜਿੱਥੇ ਟੁੱਟਦਾ ਜੀ ਉਹਦੇ ਉੱਤੇ ਨਾਲ ਨਾਲ ਟੁੱਟਦੇ ਜੀ ਉਹਨੂੰ ਗੁੱਸਾ ਲੱਗਦਾ ਹੈ ਬਾਜ਼ ਆ ਚਲ ਵਾਪਸ ਚਲੀਏ ਆਇਆ ਵਾਪਸ ਘੁਮਾ ਫਿਰਾ ਲਿਆ ਹੁਣ ਇਹਨੂੰ ਵਾਪਸ ਲੈ ਕੇ ਚੱਲੀਏ ਉੱਥੇ ਉਹਨਾਂ ਦੀ ਮਦਰ ਲਾ ਆ ਗਈ ਸਨ ਉਹਨਾਂ ਦੀ ਮਾਂ ਆ ਗਈ ਸੀ ਇਸ ਵਾਸਤੇ ਹੁਣ ਇਹਨੂੰ ਵਾਪਸ ਤੋਂ ਲਿਆ ਕੇ ਅਸਾਂ ਇੱਥੇ ਬੰਨ ਛੜਿਆ ਜੇ ਕਾਲੂ ਸਾਡਾ ਅੰਦਰ ਹੀ ਵੇਖੋ ਕਿੰਝ ਮਿਲਦਾ ਜੇ ਮੈਨੂੰ ਨਹੀਂ ਖੜੇ ਅਤੇ ਬਾਕੀ ਇਹਨੂੰ ਅੰਦਰ ਇੱਥੇ ਬੰਨ ਛੜਿਆ ਮੈਂ ਬਾਕੀ ਨੱਕਾ ਛੱਕਾ ਵੇਖ ਆਵਾਂ ਠੀਕ ਹੈ ਅਤੇ ਬਾਕੀ ਦੋਸਤੋ ਮੈਂ ਨੱਕਾ ਵੇਖ ਆਵਾਂ ਪੈਲੀ ਜੇ ਰੰਗ ਪਾਣੀ ਲਾਇਆ ਇਹਦੇ ਵੀ ਮੇਰਾ ਭਰਾ ਉੱਥੇ ਵੀ ਇਹਦੇ ਠੀਕ ਹੈ ਅਤੇ ਮੈਂ ਨੱਕਾ ਵੇਖ ਕੇ ਫਿਰ ਮੈਂ ਘਰ ਚਲਾ ਜਾਣਾ ਘਰ ਜਾ ਕੇ ਰੋਟੀ ਛੁੱਟ ਦਿੰਦਾ ਤਾਂ ਮਿਲੀ ਉਹਦੇ ਵਾਸਤੇ ਰੋਟੀ ਲਿਆਈਏ ਠੀਕ ਹੈ ਬਾਕੀ ਆ ਟਿਊਬਵੈਲ ਸਾਡਾ ਚੱਲਿਆ ਮਿਲਦੇ ਹਾਂ ਥੋੜ੍ਹੀ ਦੇਰ ਬਾਅਦ ਹੋ ਗਿਆ ਲਓ ਜਿਵੇਂ ਦੋਸਤੋ ਮੈਂ ਆਇਆ ਇੱਥੇ ਕਣਕ ਨੂੰ ਵੇਖਣ ਨੱਕੇ ਛੱਕੇ ਪਾਣੀ ਲਾਇਆ ਸੀ ਕਣਕ ਨੂੰ ਠੀਕ ਹੈ ਅਤੇ ਹੁਣ ਮੈਂ ਤੁਹਾਨੂੰ ਵਿਖਾਉਂਦਾ ਵੇਖੋ ਪਾਣੀ ਜਾਂਦਾ ਪਿਆ ਇਹ ਸਾੜੀ ਕਣਕ ਨੂੰ ਲੱਗ ਗਿਆ ਜੇ ਐਲੀ ਨੂੰ ਹੁਣ ਐਲੀ ਨੂੰ ਲਾਇਆ ਫਿਰ ਐਲੀ ਨੂੰ ਲਾਵਾਂਗੇ ਠੀਕ ਹੈ ਅਤੇ ਮੇਰਾ ਖਿਆਲ ਹੈ ਸ਼ਾਮ ਤੀਕਰ ਇੱਥੇ ਹੀ ਲੱਗਣਾ ਟੋਟਲੀ ਸਾੜੇ ਨੂੰ ਠੀਕ ਹੈ ਬਾਕੀ ਮੈਂ ਨੱਕਾ ਛੱਕਾ ਬਦਲਣਾ ਮੈਂ ਵੇਖਾਂ ਪਾਣੀ ਫੁੱਲ ਹੋਇਆ ਕਿ ਨਹੀਂ ਹੋਇਆ ਪਾਣੀ ਫੁੱਲ ਹੋ ਗਿਆ ਹੁਣ ਅਤੇ ਬਾਕੀ ਮੈਂ ਤੁਹਾਨੂੰ ਦੱਸ ਵਿਖਾਉਂਦੇ ਹਾਂ ਬਾਕੀ ਦਬ ਲੋ ਠੀਕ ਹੈ ਮੇਰਾ ਖਿਆਲ ਹੈ ਫੁੱਲ ਹੋ ਗਿਆ ਪਾਣੀ ਜਿਵੇਂ ਰੋਜ਼ ਵੀ ਦੋਸਤੋ ਹਾਂ ਲਿਆ ਕੇ ਜੋਗੀ ਨੂੰ ਇੱਥੇ ਬਾਹਰ ਬੰਨ ਛੜਿਆ ਜੇ ਰੋਟੀ ਛੋਟੀ ਪਹਾੜੀ ਧੁੱਪੇ ਬੰਨ ਛੜਿਆ ਧੁੱਪ ਸੇਕਦਾ ਹੀ ਪਿਆ ਅਤੇ ਆਹ ਨਵਾਂ ਇੱਕ ਬੂਟਾ ਲਿਆ ਕੇ ਲਾਇਆ ਸੁੱਕਾ ਇਹ ਬੂਟਾ ਅਮਰੂਦਾਂ ਦਾ ਬੂਟਾ ਹੈ ਮੇਰੇ ਛੋਟੇ ਭਰਾ ਨੇ ਸਭ ਤੋਂ ਛੋਟੇ ਭਰਾ ਨੇ ਅਮਰੂਦਾਂ ਦਾ ਬੂਟਾ ਲਾਇਆ ਇਹਦੇ ਕੰਮ ਉਹ ਕਿੱਥੇ ਵੜਨਦੇ ਆ ਪਿਆਸ ਲੱਗੀ ਹੈ ਪਾਣੀ ਪੀਣ ਬਾਹਰ ਦੌੜਦਾ ਆਇਆ ਅੱਜ ਮੇਰੇ ਨਾਲ ਬਾਹਰ ਫਿਰ ਗਿਆ ਅੱਜ ਪਾਣੀ ਕਣਕ 'ਚ ਗਿਆ ਹਾਂ ਕਣਕ ਨੂੰ ਪਾਣੀ ਲਾਇਆ ਸੀ ਉੱਥੇ ਗਏ ਹਾਂ ਉੱਥੇ ਸਾਡੇ ਨਾਲ ਹੀ ਦੌੜਦਾ ਹੀ ਆਇਆ ਸਾਹ ਚੜ ਗਿਆ ਅਤੇ ਹੁਣ ਇਹਨੂੰ ਥੋੜ੍ਹਾ ਜਿਹਾ ਸਾਹ ਲੱਸਦਾ ਫਿਰ ਇਹਨੂੰ ਪਾਣੀ ਪਿਆਵਾਂਗੇ ਠੀਕ ਹੈ ਇੰਝ ਦੌੜਦਾ ਆਇਆ ਫਿਰ ਸਾਹ ਜ਼ਿਆਦਾ ਚੜਿਆ ਅਤੇ ਫਿਰ ਜਿਗਰ ਦੇ ਅੰਦਰ ਜਾ ਪਾਣੀ ਲੱਗਦਾ ਠੀਕ ਹੈ ਬਾਕੀ ਇਹ ਧੁੱਪ ਛੁੱਪ ਸੇਕਦਾ ਪਿਆ ਸੀ ਟਿਊਬਵੈਲ ਚੜ ਆਇਆ ਟਿਊਬਵੈਲ ਨੂੰ ਪਾਣੀ ਕਣਕ ਨੂੰ ਪਾਣੀ ਛੰਡ ਲੱਗਦਾ ਪਿਆ ਠੀਕ ਹੈ ਬਾਕੀ ਸਾਰੇ ਜਾਨਵਰ ਟੋਟਲੀ ਸਾਰੇ ਜਾਨਵਰ ਬੈਠੇ ਨੇ ਆਰਾਮ ਕਰਦੇ ਨੇ ਪਏ ਅਤੇ ਡਾਕਟਰ ਨੂੰ ਫੋਨ ਕੀਤਾ ਮੱਛੀ ਬਿਮਾਰ ਸੀ ਇਹਨੂੰ ਜ਼ਹਿਰ ਬਾਅਦ ਹੋਇਆ ਸੀ ਡਾਕਟਰ ਨੂੰ ਫੋਨ ਕੀਤਾ ਹੁਣ ਉਹ ਆਉਣਗੇ ਆ ਕੇ ਇਹਨੂੰ ਟੀਕਾ ਹੀ ਕੱਲ੍ਹ ਆਉਣਗੇ ਇਹਦੇ ਥੱਲੇ ਵੇਖੋ ਨਾ ਮੂੰਹ ਦੇ ਥੱਲੇ ਝਾਲਰ ਵੇਖ ਲਮਕਦੀ ਪਈ ਬੈਠੀ ਆਰਾਮ ਨਾਲ ਮੈਂ ਤਾਂ ਨਹੀਂ ਨੇੜੇ ਜਾਂਦਾ ਪਿਆ ਕਿਤੇ ਫਿਰ ਖਲੋਏ ਨਾ ਜਾਏ ਧੁੱਪ ਸੇਕਦੀ ਪਈ ਫਿਰ ਖਲੋ ਗਈ ਫਿਰ ਸਾਰੇ ਦਿਨ ਇਹਨੇ ਖਲੋਤੇ ਰਹਿਣਾ ਬਹਿਣਾ ਮੁਸ਼ਕਲ ਹੀ
ਠੀਕ ਹੈ ਬਾਕੀ ਹੁਣ ਇਸ ਤੋਂ ਫਿਰ ਸੇਕਦੇ ਨੇ ਡਾਕਟਰ ਆਉਂਦੇ ਆ ਡਾਕਟਰ ਆ ਕੇ ਟੀਕਾ ਸ਼ੀਕਾ ਲਾਣਗੇ ਜੀ ਲੋ ਜੀ ਵੇ ਦੋਸਤੋ ਕਾਲੂ ਨੂੰ ਵੀ ਗੁੱਸਾ ਚੜਦਾ ਅੱਜ ਚੈੱਕ ਕਰੋ ਓਏ ਹੋਏ ਹੋਏ ਪਾਗਲ ਹੋ ਗਿਆ ਜੀ ਟਹਿਰ ਜਾ ਰਾ ਤੂੰ ਟੋਪੀ ਗੰਦੀ ਗੱਲ ਛੜੀ ਹੈ ਨਾ ਕਾਰੂ ਨੂੰ ਵੀ ਗੁੱਸਾ ਚੜਦਾ ਜੀ ਡਰ ਗਿਆ ਜੀ ਮੈਂ ਕੋਈ ਚੜ ਚੜੀ ਹੁਣ ਮੈਂ ਬਾਹਾਂਗਾ ਫੇਰ ਵੇਖੇ ਫੜ ਲਏਗਾ ਵੇਖੋ ਵੇਖੋ ਫੜੰਗਿਆ ਜੇ ਫੜੰਗਿਆ ਛੜ ਛੜੀ ਹੁਣੇ ਉਹ ਫੜੀ ਹੈ ਆਹ ਵੇਖ ਲਓ ਜੀ ਫੌਜੀਆਂ ਵਾਲੀ ਟੋਪੀ ਜੇ ਐ ਵੇਖੋ ਉਹ ਗਿਆ ਜੇ ਲੈ ਕੇ ਲੋ ਗਿਆ ਹੈ ਗੁੱਸਾ ਚੜਿਆ ਉਹ ਟੋਪੀ ਪਈ ਜੇ ਜਿਵੇਂ ਕਾਲੂ ਨੂੰ ਵੀ ਗੁੱਸਾ ਚੜਦਾ ਸਹੀ ਤੁਹਾਡੇ ਵਾਲਾ ਕਾਲੂ ਬਦਮਾਸ਼ ਹੈ ਵੇਖੋ ਦੰਦ ਲਾਉਂਦਾ ਜੇ ਓਏ ਅੱਜ ਇਹਨੂੰ ਕੀ ਹੋ ਗਿਆ ਓਏ ਓਏ ਦੰਦੀ ਵੱਢ ਦੇਣ ਲਗਾ ਕੀ ਆ ਬਦਮਾਸ਼ ਹੋ ਗਿਆ ਤੂੰ ਬੂਟੀ ਵੀ ਲਈ ਆ ਭੰਗ ਵੀ ਲਈ ਆ ਦੋਸਤੋ ਕਾਲੂ ਨੂੰ ਪਤਾ ਨਹੀਂ ਕੀ ਹੋ ਗਿਆ ਅੱਜ ਸਵੇਰੇ ਸਵੇਰੇ ਦੋ ਕੁੱਤਿਆਂ ਨੂੰ ਵੀ ਨਸਾਇਆ ਉਹ ਅੱਗੇ ਲਾ ਕੇ ਇੱਥੇ ਡੇਰੇ ਦੇ ਅੰਦਰ ਦੋ ਕੁੱਤੇ ਆਏ ਉਹਨਾਂ ਨੂੰ ਅੱਗੇ ਲਾ ਕੇ ਨਸਵਾਇਆ ਅਤੇ ਹੁਣ ਵੇਖੋ ਸ਼ਦਾਈ ਹੋਇਆ ਜੇ ਟੋਪੀ ਨੂੰ ਨਾਲ ਛਾਂਟੀਆਂ ਕੜਾਈ ਜਾਂਦਾ ਜੀ ਕੜਾਈ ਜਾਂਦਾ ਟੋਪੀ ਨੂੰ ਇਹਨੂੰ ਅਸੀਂ ਖੁੱਲ੍ਹਾ ਹੀ ਰੱਖਦੇ ਇਹਨੂੰ ਨਹੀਂ ਅਸੀਂ ਬੰਨ ਕੇ ਰੱਖਦੇ ਕਿਉਂਕਿ ਜੇ ਬੱਚਾ ਹੈ ਜਿਹੜੀਆਂ ਲੱਤਾਂ ਦਾ ਅਸਰ ਪਏਗਾ ਲੱਤਾਂ ਜਿਹੜੀਆਂ ਨਾ ਡੀਂਗੀਆਂ ਹੋ ਸਕਦੀਆਂ ਇਸ ਵੇਲੇ ਤੋਂ ਅਸੀਂ ਇਹਨੂੰ ਖੁੱਲ੍ਹਾ ਹੀ ਰੱਖਦੇ ਹਾਂ ਠੀਕ ਹੈ ਅਤੇ ਬਾਕੀ ਤੁਹਾਨੂੰ ਬਾਕੀ ਮੈਂ ਪੈਲੀ ਨੂੰ ਪਾਣੀ ਸ਼ਾਣੀ ਲਾਇਆ ਠੀਕ ਹੈ ਅਜੇ ਤੀਕਰ ਨਹੀਂ ਜੇ ਬੀਜਿਆ ਗਿਆ ਠੀਕ ਹੈ ਟਿਊਬਵੈਲ ਆਈਏ ਤੀਕਰ ਚੱਲਦਾ ਜੇ ਕੋਈ ਦੋ ਵੀਘਾ ਰਹਿ ਗਿਆ ਵੀਘਾ ਜਿਹੜਾ ਬੀਜ ਦਿੱਤਾ ਬਾਕੀ ਜੋਗੀ ਜਿਹੜਾ ਉਹ ਆਰਾਮ ਕਰਦਾ ਪਿਆ ਬਾਕੀ ਸਾਰੇ ਪੱਠੇ ਸਾਰੇ ਜਾਨਵਰਾਂ ਨੂੰ ਪੱਠੇ ਛੱਡੇ ਪਹਾੜੇ ਨੇ ਸਾਰੇ ਖਾਂਦੇ ਪਏ ਮਸਤ ਬੋਲਣਾ ਹੁਣ ਇੱਕ ਵਾਰੀ ਫਿਰ ਵੱਢਣ ਜਾਣਾ ਹਾਂ ਪੱਠੇ ਠੀਕ ਹੈ ਇਹ ਵੇਖੋ ਜੋਗੀ ਤੁਹਾਨੂੰ ਐਜ ਬੈਠਾ ਮਸਤ ਬੋਲਣਾ ਧੁੱਪੇ ਧੁੱਪ ਛਾਵਾਂ ਮਿਕਸ ਕਰਕੇ ਬੈਠਾ ਅਤੇ ਕਾਲਾ ਅੰਜੀ ਫਿਰਦਾ ਪਿਆ ਲਓ ਜੀ ਸੁਸੂ ਵੀ ਹੋ ਗਿਆ ਜੀ ਕਾਲੂ ਦਾ ਇਹ ਸਾਰਾ ਦਿਨ ਫਿਰਦਾ ਰਹਿੰਦਾ ਸੁਸੂ ਕਰਦਾ ਰਹਿੰਦਾ ਜੀ ਲਓ ਜੀ ਵੇ ਦੋਸਤੋ ਖੇਡ ਕੁੱਦ ਕੇ ਤਾਂ ਹੁਣ ਪੈ ਗਿਆ ਜੇ ਸੌਂ ਗਿਆ ਜੇ ਬੜੀ ਆਵਾਜ਼ ਸੁਣ ਕੇ ਵੇ ਉੱਠ ਪਿਆ ਠੀਕ ਹੈ ਅਤੇ ਬਾਕੀ ਡਾਕਟਰ ਦਾ ਇੰਤਜ਼ਾਰ ਮੈਂ ਕਰਨ ਦਿਆਂ ਪਤਾ ਨਹੀਂ ਡਾਕਟਰ ਨੇ ਕਿਸ ਕਦੋਂ ਆਉਣਾ ਹੈ ਠੀਕ ਹੈ ਅਤੇ ਹੁਣ ਮੈਂ ਇਹਨੂੰ ਨਾ ਖੋਲ੍ਹ ਕੇ ਅਤੇ ਬੰਦ ਆ ਬਾਕੀ ਦੋਸਤੋ ਮੈਂ ਡਾਕਟਰ ਦਾ ਇੰਤਜ਼ਾਰ ਕਰਨ ਦਿਆਂ ਡਾਕਟਰ ਸਾਹਿਬ ਨੇ ਪਤਾ ਨਹੀਂ ਕਦੋਂ ਆਉਣਾ ਮੈਂ ਉਹਨਾਂ ਦਾ ਇੰਤਜ਼ਾਰ ਕਰਨਾ ਪਿਆ ਕਿ ਵੱਛੀ ਨੂੰ ਜ਼ਹਿਰ ਬਾਹਰ ਜਿਹੜਾ ਹੋਇਆ ਹੈ ਨਾ ਮੈਂ ਤੁਹਾਨੂੰ ਦਿਖਾਉਣਾ ਵੱਛੀ ਦਾ ਥੱਲੇ ਮੂੰਹ 'ਤੇ ਐਵੇਂ ਕੋਈ ਥੱਲੇ ਮੂੰਹ ਦੇ ਜਬੜੇ ਦੇ ਥੱਲੇ ਇਹ ਜਿਹੜੀ ਸੋਜੀ ਸੋਜ ਹੋਈ ਹੈ ਨਾ ਇਹ ਜ਼ਹਿਰ ਬਾਦ ਹੋਇਆ ਥੱਲੇ ਹੈ ਇਹ ਥੱਲੇ ਮੂੰਹ ਦੇ ਐਸਾ ਜ਼ਹਿਰ ਬਾਦ ਹੋਇਆ ਹੋਏ ਇਹਦੇ ਨਾਲ ਜਾਨਵਰ ਨਾ ਇਹਦੇ ਨਾਲ ਜਾਨਵਰ ਮਰ ਵੀ ਸਕਦਾ ਇਹਦੇ ਨਾਲ ਜਾਨਵਰ ਮਰ ਜਾਂਦੇ ਨੇ ਕਿਉਂ ਇਹ ਜ਼ਹਿਰ ਹੁੰਦਾ ਠੀਕ ਹੈ ਅਤੇ ਮੈਂ ਡਾਕਟਰ ਦਾ ਇੰਤਜ਼ਾਰ ਕਰਾਉਂਦਿਆਂ ਕਾਫੀ ਦੇਰ ਦਾ ਡਾਕਟਰ ਦਾ ਇੰਤਜ਼ਾਰ ਕਰਾਉਂਦਿਆਂ ਅਤੇ ਡਾਕਟਰ ਸਾਹਿਬ ਤਾਂ ਕੋਈ ਨਾਮ ਨਹੀਂ ਪਤਾ ਹੀ ਨਹੀਂ ਆਉਂਦਾ ਆਉਂਦੇ ਹਾਂ 4 ਵਜੇ ਆਉਣਗੇ ਅਤੇ 4 ਵਜੇ ਇਹਨੂੰ ਤਾਂ ਕਾਫੀ ਟਾਈਮ ਹੋ ਗਿਆ ਤਾਂ ਨਹੀਂ ਹੈ ਜਿੱਥੇ ਕਰਾਏ ਅਤੇ ਮੈਂ ਹੁਣ ਇਹਨੂੰ ਬੰਨ ਕੇ ਅੰਦਰ ਉਹ ਉੱਥੇ ਅੰਦਰ ਬੰਨੀ ਹੈ ਕਿਉਂਕਿ ਉਹ ਡਾਕਟਰ ਸਾਹਿਬ ਆਏ ਤਾਂ ਉਹਨਾਂ ਨੂੰ ਪਏਗਾ ਫਿਰ ਉਹ ਵਾਪਸ ਚਲੇ ਜਾਣਗੇ ਇਸ ਵੇਲੇ ਇਹਨੂੰ ਮੈਂ ਬੰਨਦਾ ਠੀਕ ਹੈ ਅਤੇ ਫਿਰ ਮੈਂ ਉਹਨਾਂ ਨੂੰ ਕਾਲ ਕਰਕੇ ਪਤਾ ਕਰਨਾ ਕਿ ਕਿਉਂ ਨਹੀਂ ਆਉਂਦੇ ਆ ਠੀਕ ਹੈ ਜੇ ਆ ਜਾਂਦੇ ਨੇ ਆਏ ਠੀਕ ਹੈ ਤਾਂ ਫਿਰ ਟੀਕਾ ਲਵਾਈਏ ਇਹਨੂੰ ਜ਼ਹਿਰ ਬਾਦ ਦਾ ਟੀਕਾ ਲਵਾਈਏ ਜਿਹੜਾ ਕਹਿੰਦਾ ਅੰਦਰ ਦਾ ਸਿਸਟਮ ਸਹੀ ਹੋਈ ਹੈ ਸਹੀ ਰੱਜ ਕੇ ਪੱਠੇ ਖਾਏ ਠੀਕ ਹੈ ਬਾਕੀ ਮੈਂ ਇਹਨੂੰ ਬੰਨਾ ਮੈਂ ਇਹਨੂੰ ਇੱਥੇ ਬੰਨ ਛੱਡਿਆ ਜੇ ਥੋੜ੍ਹੀ ਦੇਰ ਵਾਸਤੇ ਜਦੋਂ ਡਾਕਟਰ ਸਾਹਿਬ ਹੋ ਕੇ ਟੁੱਟ ਜਾਣਗੇ ਫਿਰ ਇਹਨੂੰ ਇਨਸ਼ਾਅੱਲਾ ਖੋਲ੍ਹ ਦਾਂਗੇ ਠੀਕ ਹੈ ਬਾਕੀ ਇਹਨੂੰ ਇੰਨੀ ਦੇਰ ਨਹੀਂ ਅਸੀਂ ਬੰਨ ਕੇ ਰੱਖਦੇ ਕਿਉਂਕਿ ਇਹ ਛੋਟਾ ਬੱਚਾ ਹੀ ਹੈ ਜਦੋਂ ਇਨਸ਼ਾਅੱਲਾ ਵੱਡਾ ਹੋ ਜਾਏਗਾ ਨਾ ਫਿਰ ਇਹਨੂੰ ਬੰਨ ਕੇ ਰੱਖਾਂ ਕਰਾਂਗੇ ਇਹ ਬੱਚਾ ਮੈਂ ਕਿਹਾ ਇਹਦੇ ਟੰਗਾਂ ਦਾ ਮਸਲਾ ਹੋਣਾ ਇਹਦੇ ਟੰਗਾਂ ਨਾਲ ਹੱਥ ਖਰਾਬ ਹੋਈ ਹੈ ਇਹਦੀਆਂ ਲੱਤਾਂ ਜਿਹੜੀਆਂ ਖਰਾਬ ਹੋ ਸਕਦੀਆਂ ਠੀਕ ਹੈ ਬਾਕੀ ਸਾਡੇ ਜਾਨਵਰ ਸਾਰੇ ਜੀ ਪੱਠੇ ਖਾਂਦੇ ਨੇ ਉਹਨੂੰ ਲਿਆ ਕੇ ਟੀਕਾ ਹੀ ਲਵਾਉਣਾ ਹੈ ਅਤੇ ਜੋ ਕਿ ਐਨਜੀ ਟੈਸਟ ਕਰਾਉਂਦੇ ਆ ਅੱਜ ਇਹਦੇ ਉਹ ਬਾਲਣੇ ਸੀ ਇਹਦੇ ਰਾਸ਼ਨ ਰੂਸ਼ਨ ਬਾਲਣਾ ਸੀ ਖਵਾਉਣ ਵਾਸਤੇ ਇਹਨੂੰ ਉਹਦਾ ਵੀ ਨਹੀਂ ਟਾਈਮ ਲੱਗਾ ਡਾਕਟਰ ਸਾਹਿਬ ਦਾ ਇੰਤਜ਼ਾਰ ਕਰਦੇ ਠੀਕ ਹੈ ਬਾਕੀ ਡਾਕਟਰ